ਹਾਂਜੀ ਸਟੂਡੈਂਟਸ ਅੱਜ ਅਸੀਂ ਚੈਪਟਰ ਨੰਬਰ 9 ਸਿੰਪਲੀਫਿਕੇਸ਼ਨ ਕਰਾਂਗੇ ਸਿੰਪਲੀਫਿਕੇਸ਼ਨ ਕਿਉਂਦਾ ਇਹਦੇ ਵਿੱਚ ਆਪਾਂ ਕੀ ਕਰਦੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡਿਵੀਜ਼ਨ ਕਰਦੇ ਆ ਫਿਰ ਮਲਟੀਪਲੀਕੇਸ਼ਨ ਕਰਦੇ ਆ ਦੈਨ ਐਡੀਸ਼ਨ ਕਰਦੇ ਆ ਤੇ ਲਾਸਟ ਵਿੱਚ ਆਪਾਂ ਕੀ ਆ ਸਬਟ੍ਰੈਕਸ਼ਨ ਕਰਦੇ ਆ ਠੀਕ ਬਟਾ ਅੱਗੇ ਆਪਾਂ ਇਹਦੇ ਸਾਮ ਕਰਾਂਗੇ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਕਰੀਦਾ ਵਾ ਹਾਂਜੀ ਬੇਟਾ ਤੁਹਾਡੀ ਸਾਰਿਆਂ ਦੀ ਬੁੱਕ ਤੇ ਜਿਹੜੇ ਫਰਸਟ 2 ਸਾਮਿਆਂ ਨਾ ਸੋਲਵ ਕੀਤੇ ਹੋਏ ਆ ਆਪਾਂ ਦੇਖਾਂਗੇ ਕਿ ਇਹਨਾਂ ਨੇ ਕਿਵੇਂ ਸੋਲਵ ਕੀਤੇ ਆ ਓਕੇ

multiply 300 divide by 6 minus 100 ਕੀ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਇਸੇ ਤਰ੍ਹਾਂ ਹੀ 4 ਲਿਖ ਲਿਆ ਮਲਟੀਪਲਾਈ ਦਾ ਸਾਈਨ ਜਦੋਂ 300 ਨੂੰ ਵਿੱਚ ਰੱਖ ਕੇ 6 ਦੇ ਨਾਲ ਡਿਵਾਈਡ ਕੀਤਾ ਤੇ ਕਿੰਨਾ ਆ ਗਿਆ ਆਪਣੇ ਕੋ 50 ਆਹ ਦੇਖੋ ਉਹਨਾਂ ਨੇ ਰਫ ਵਰਕਰ ਸਾਈਡ ਤੇ ਕੀਤਾ ਠੀਕ ਆ ਫਿਰ ਕੀ ਆ ਜਾਏਗਾ ਮਾਈਨਸ ਇਵੇਂ ਦਾ ਇਵੇਂ ਆਇਆ ਨਾ 100 ਇੱਧਰ ਆਇਆ ਨਾ ਠੀਕ ਆ ਨੈਕਸਟ ਸੈਕਿੰਡ ਨਾਈਂਸ ਕੀਆ ਇਹਨਾਂ ਦੋਵਾਂ ਨੂੰ ਮਲਟੀਪਲਾਈ ਕੀਤਾ ਜਦੋਂ 4 ਨੂੰ 50 ਦੇ ਨਾਲ ਮਲਟੀਪਲਾਈ ਕੀਤਾ ਤੇ ਕਿੰਨਾ ਆ ਗਿਆ ਆਪਣੇ ਕੋ ਆਹ ਦੇਖੋ ਉਹਨਾਂ ਨੇ ਕੀਤਾ ਵਾ 200 ਠੀਕ ਆ 200 ਮਾਈਨਸ

ਜਦੋਂ ਆਪਾਂ 30 ਨੂੰ 4 ਦੇ ਨਾਲ ਮਲਟੀਪਲਾਈ ਕੀਤਾ ਤੇ ਆਪਣੇ ਕੋਲ ਜਦੋਂ ਆਪਾਂ ਵੇਖੋ 30 ਨੂੰ 4 ਦੇ ਨਾਲ ਮਲਟੀਪਲਾਈ ਕਰਦੇ ਆ ਟੇਬਲ ਹੁੰਦੀ ਹੈ ਜਿਹਨੂੰ ਟੇਬਲ ਹੁੰਦੀ ਉਹ ਸਾਰੇ ਸਮ ਕਰ ਸਕਦਾ ਠੀਕ ਆ ਜਿਹਨੂੰ ਟੇਬਲ ਨਹੀਂ ਹੁੰਦੇ ਉਹ ਪੈਨਾ ਟੇਬਲਸ ਇਕੋ ਆਪਣੀ ਠੀਕ ਆ ਬਟਾ ਜਦੋਂ ਆਪਾਂ 30 ਨੂੰ 4 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਆਪਣੇ ਕੋਲ ਕਿੰਨਾ ਆ ਜਾਏਗਾ 120 ਠੀਕ ਆ ਪਲੱਸ 60 ਠੀਕ ਆ ਹੁਣ ਕੀ ਕੀਤਾ ਆਪਾਂ 120 ਦੇ ਵਿੱਚ 60 ਪਲੱਸ ਕੀਤੇ 120 ਦੇ ਵਿੱਚ ਕਿੰਨੇ ਪਲੱਸ ਕੀਤੇ 60 ਕਿੰਨਾ ਆ ਗਿਆ ਆਪਣੇ ਕੋਲ 1

ठीका ए तो तीन ते करके वेख सकते जो ट्वेंटी फाइव नोर मल्टीप्लाई करे करोगे तो कि आएगा वन हंडरडा भी दो चार अठ दस आ गया ना हंडरड ठीका फिर माइनस वन हंड्रड फिफ्टी मैं भी लिखते प्लस हंड्रड मल्टीप्लाई टू ए भी लेती सैकेंड लाइन से की किया वंडरड माइनस वन हंड्रड फिफ्टी प्लस फिर मैं किता हंड्रेड न 2 ਦੇ ਨਾਲ ਮਲਟੀਪਲਾਈ ਜਦੋਂ ਆਪਾਂ 100 ਨੂੰ 2 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਕਿੰਨਾ ਆਏਗਾ ਆਪਣੇ ਕੋਲ 200 ਠੀਕ ਹੈ ਬੇਟਾ ਹੁਣ ਕੀ ਕੀਤਾ ਮੈਂ ਦੇਖੋ ਇੱਥੋਂ ਤੁਸੀਂ ਧਿਆਨ ਦੇਖਣਾ ਠੀਕ ਆ ਗਲਤੀ ਨਹੀਂ ਕਰਨੀ ਜਿੱਤੇ ਫਰਸਟ ਨੰਬਰ ਤੇ ਮਾਈਨਸ ਹੋਊਗਾ ਤੇ ਸੈਕਿੰਡ ਨੰਬਰ ਤੇ ਪਲੱਸ ਹੋਊਗਾ ਮੈਂ ਤੁਹਾਨੂੰ ਅੱਗੇ ਵੀ ਇਵੇਂ ਦੇ ਸਮ ਕਰਵਾਏ ਆ ਉਦੋਂ ਮੈਂ ਤੁਹਾਨੂੰ ਕਿਹਾ ਕਿ ਉਦੋਂ ਕੀ ਕਰਨਾ ਵਾ ਆਪਾਂ ਇਹਨੂੰ ਤੇ ਇਹਨੂੰ ਪਲੱਸ ਕਰ ਦੇਣਾ ਜਿੰਨਾ ਹੋਊਗਾ ਉਹਦੇ ਵਿੱਚ ਇਹਨੂੰ ਮਾਈਨਸ ਕਰ ਦੇਣਾ ਹੁਣ ਮੈਂ 200 ਚ 100 ਦਾ 100 ਚ 200 ਪਲੱਸ ਕੀਤੇ ਤੇ ਆਪਣੇ ਕੋਲ ਕਿੰਨਾ ਆ ਗਿਆ 300 माइनस की गया अपने को वन हंड्रेड फिफ्टी जो आप थ्री वन माइनस कि किन्ना गया वन हंड्रेड फिफ्टी आंसर ठीक है मैं रफ वर्क सारा नहीं किया रफ कॉपी कर सकते हो ओके okay? okay, बेटा अपना जैक्सट तो सामने देखो कित फ लिखिया उन्होंने फिफ्थ नंबर तलस ट्वेंटी डिवाइड बाई फोर माइनस थ्री मल्टीपलाई टू ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਡਿਵਾਈਡ ਕਰਨਾ ਠੀਕ ਆ ਆ ਮੈਂ ਤੁਹਾਨੂੰ ਦੱਸਿਆ ਨਾ ਸਿੰਪਲੀਫਿਕੇਸ਼ਨ ਦੇ ਸਭ ਤੋਂ ਪਹਿਲਾਂ ਕੀ ਹੁੰਦਾ ਵਾ ਪਹਿਲਾਂ ਡਿਵਾਈਡ ਹੁੰਦਾ ਫਿਰ ਮਲਟੀਪਲਾਈ ਹੁੰਦਾ ਫਿਰ ਐਡੀਸ਼ਨ ਹੁੰਦੀ ਥੈਨ ਫਿਰ ਸਬਟ੍ਰੈਕਸ਼ਨ ਹੁੰਦਾ ਓਕੇ ਐਵੇਂ ਮੈਂ 5 ਲੇਖ ਲਿਆ ਪਲੱਸ ਹੁਣ ਜਦੋਂ ਅ ਦੇਖੋ 20 ਨੂੰ ਵਿੱਚ ਦਾ ਕਿ ਜਦੋਂ ਆਪਾਂ 4 ਦੇ ਨਾਲ ਡਿਵਾਈਡ ਕਰਾਂਗੇ

हूँ की किया थर्ड वाले एनुन प्लस किया जे इत माइनस होंगे तो इतने प्लस हों दो पेले लास्ट वाले मैं प्लस करना ही ठीक है पर ह्लस है तो इतने माइनस है हूँ इन्ह दो प्लस किता ठीक है फाइव चो फाइव प्लस फाँच किए कि आ गया अपने को टैन माइनस सिक्स हूँ टेन चु तीस माइनस कर दो कि आएगा अपने को फोर ओके इस तरह बेटा अपना नैक्सट तो सामया सैवन मल्टीप्लाई फाइव प्लस

प्लस सैवन माइनस नाइन ठीक है हूँ देखो आ इतने प्लस है इतने माइनस इन्होंने प्लस करा ना जो आप सैवनटी फाइव केवन प्लस किए तो रफ वर्क भी कर सकते हो ठीक है बारह वन कैरी किया वन थ्री तक फोर ठीक है फोर्टी टू आ गया फोर्टी टू इना दो प्लस करके फोर्टी टू आ गया माइनस नाइन एवं लिख देंगे हूँ की करा आप फोर्टी टू के माइनस नाइन की जो आप करा तो अपने को आ जाएगा थर्टी थ्री ਠੀਕ ਹੈ ਬੇਟਾ ਅਜਲੀ ਬਸ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਵਿੱਚ ਆ ਗਿਆ ਹੋਵੇਗਾ ਥੈਂਕ ਯੂ